ਕਦੀ ਵੀ ਨਹੀਂ ਲਵਾਇਆ ਤੇ ਇਹ ਹਰ ਟਾਈਮ ਟਾਈਮ ਦੇ ਟਾਈਮ ਚਵਾਈ ਦੇ ਟਾਈਮ ਇੰਜ ਹੁੰਦੀ ਹੈ ਮਾਸ਼ਾਅੱਲਾ ਵੈੜੀਆਂ ਦਾ ਕਰੇਗਾ ਮਾਸ਼ਾਅੱਲਾ ਜੀ ਇਹ ਚੈੱਕ ਕਰੋ ਜੀ ਪੂਰੀਆਂ ਨਵਾਬ ਅਸਲੀ ਤੇ ਨਸਲੀ ਚੀਜ਼ਾਂ ਨੇ ਯਾਰ ਰੱਖਣ ਨਾਲ ਇੰਜ ਦੇ ਕੋ 10 ਕਿ ਲੈ ਜਾ ਬੰਦਾ ਰੱਖੇ ਬਾਤ ਪਿਛਲੇ ਸੂਬੇਦਾਰ ਕਾਰਡ ਕਿੰਨਵਾ ਸੂਬਾ ਹੋਣਾ ਇੱਕ ਹੋਰ ਗੱਲ ਕਹਾਂ ਜੀ ਦੂਸਰਾ ਸੂਬਾ ਸੁਣਾ ਤੇ ਇੱਕ ਹੋਰ ਗੱਲ ਦੱਸਾਂਗਾ ਮੂੰਹ ਮਜ਼ੇਦਾਰ ਇੱਕ ਸਫਰ ਮੂੰਹ ਵਹਾਈ ਯਾਰ ਵਛੀ ਦਾ ਮਾਸ਼ਾਅੱਲਾ ਜੀ ਲਬਾਸ ਦੋਸਤਾਂ ਵੇਖ ਲੈਣਾ ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੁਮੇਰਾਦਾ ਤੇ ਇਸ ਟਾਈਮ ਫਹਰੇ ਸਿਆਲਕੋਟ ਸਿਆਲਕੋਟ ਦੇ ਨਾਮਵਰ ਬ੍ਰੈਂਡ ਵਪਾਰੀ ਤੇ ਸ਼ੇਰੇ ਪੰਜਾਬ ਸਰਦਾਰ ਆਸਮ ਡੋਗਰ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਆਸਮ ਡੋਗਰ ਇੱਕ ਦਫਾ ਫੇਰ ਆ ਗਿਆ ਤੇ ਚਾ ਗਿਆ ਡੋਗਰ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ 6 ਖੂਬਸੂਰਤ ਟਾਪ ਕਲਾਸ ਅਸਲੀ ਤੇ ਨਸਲੀ ਸ਼ੌਕੀਆ ਜਾਨਵਰ ਲੈ ਕੇ ਆਏ ਨੇ ਜਿਨ੍ਹਾਂ 'ਚ ਮਾਸ਼ਾਅੱਲਾ ਜੀ 30-32 ਕਿਲੋ ਮੌਜੂਦਾ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ ਸਾਰੇ ਜਾਨਵਰਾਂ ਦੀ ਤਸੱਲੀ ਕਰਾਉਣੀ ਆ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਅਤੇ ਮਾਸ਼ਾਅੱਲਾ ਜੀ ਜਿਹੜਾ ਸਾਹਮਣੇ ਕਾਲਾ ਬ੍ਰੈਂਡ ਨਜ਼ਰ ਆ ਰਿਹਾ ਦੋਸਤਾਂ ਨੂੰ ਇਹਦੀ ਵੀ ਤਸੱਲੀ ਕਰਾਉਂਦੇ ਹਾਂ ਡੋਗਰ ਸਾਹਿਬ ਇੱਥੇ ਇਹ ਜਿਹੜਾ ਬ੍ਰੈਂਡ ਨਜ਼ਰ ਆ ਰਹੇ ਨੇ ਇਹਨਾਂ ਦੇ ਸਾਹਮਣੇ ਆਓ ਜ਼ਰਾ ਮਿਹਰਬਾਨੀ ਤੁਹਾਡੀ ਜੀ ਅਸਲਾਮੁ ਅਲੈਕੁਮ ਜੀ ਅੱਲਾ ਪਾਕ ਦਾ ਬੜਾ ਸ਼ੁਕਰ ਹੈ ਡੋਗਰ ਸਾਹਿਬ ਤੁਸੀਂ ਸੁਣਾਓ ਠੀਕ ਹੋ ਸਭ ਹੈਰੀਏ ਤੇ ਸ਼ੁਕਰ ਅਲਹਮਦੁਲਿਲਾਹ ਮਾਲ ਚੰਗਿਆ ਆਵਾਜ਼ ਤੁਹਾਡੀ ਜ਼ਰਾ ਜੀ ਖੜਕ ਕੇ ਆਏ ਭਰਾ ਸਾਹਿਬ ਆਵਾਜ਼ ਦੇ ਖੜਕ ਕੇ ਆਏਗੀ ਇਨਸ਼ਾਅੱਲਾ ਠੰਡ ਨਾਲ ਜ਼ਰਾ ਆਵਾਜ਼ ਮਦਮ ਹੋਈ ਜਾਂਦੀ ਹੈ ਨਾ ਤੇ ਮਾਸ਼ਾਅੱਲਾ ਵੇਖੋ ਇੰਜ ਦੇ ਜ਼ਿੰਦਾਬਾਦ ਸ਼ੌਕ ਹੀ ਨਾਲ ਇਹਦਾ ਚੈਨਲ ਤੇ ਇੰਜ ਦਾ ਜਦੋਂ ਵੀ ਕਰਵਾਇਆ ਨਾ ਸਿਆਲਕੋਟ ਦੇ ਵਿੱਚੋਂ ਜੀ ਜੀ ਅਸੀਂ ਕਰਵਾਇਆ ਸਾਡੀ ਬਹਾਦਰੀ ਕੋਈ ਨਹੀਂ ਤੇ ਭਰਾਵਾਂ ਦੋਸਤਾਂ ਦੀ ਮਿਹਰਬਾਨੀ ਤੇ ਸਾਡੀ ਵੀਡੀਓ ਨੂੰ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਕਮੈਂਟ 'ਚ ਆਪਣੀ ਰਾਏ ਦਾ ਇਜ਼ਹਾਰ ਕਰਦੇ ਨੇ ਤੇ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਐਤਕੀ ਤੇ ਨਾਰਾਜ਼ਗੀ ਕਪਾਤੀ ਹੋਣਾ ਜਿਹੜੇ ਜਿਹੜੇ ਭਰਾ ਨੇ ਸ਼ੇਅਰ ਕਰਨ ਦਾ ਪਤਾ ਹੋਇਆ ਉਹਨੇ ਵੀਡੀਓ ਸ਼ੇਅਰ ਨਾ ਕੀਤੀ ਤਰੀਕਾ ਦੱਸਣ ਲੱਗੇ ਹੋ ਹਾਂਜੀ ਸ਼ੇਅਰ ਦਾ ਤਰੀਕਾ ਵੀ ਦੱਸਾਂਗੇ ਗਾਵਾਂ ਵੇਖ ਕੇ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਤੇ ਸ਼ੇਅਰ ਵੀ ਲਾਜ਼ਮੀ ਕਰਨਾ ਕਮੈਂਟ ਦੇ ਵਿੱਚ ਆਪਣੀ رائے ਦਾ ਇਜ਼ਹਾਰ ਲਾਜ਼ਮੀ ਕਰਨਾ ਕਿ ਗਾਵਾਂ ਪਸੰਦ ਆਈਆਂ ਤੇ ਡੋਗਰ ਸਾਹਿਬ ਬੰਦਾ ਕਮ ਸੇ ਕਮ ਲਾਈਕ ਤੇ ਸ਼ੇਅਰ ਬੰਦਾ ਹੋਰ ਕੁਝ ਬਣੇ ਨਾ ਬਣੇ ਜਿਹੋ ਜਿਹਾ ਮਾਸ਼ਾਅੱਲਾ ਜੀ ਨਾਮੀ ਗ੍ਰਾਮੀ ਜਾਨਵਰ ਨੇ ਹਰ ਵੀਡੀਓ ਚ ਇਹੋ ਜਿਹੇ ਤੋਹਫੇ ਸ਼ਾਮਲ ਨਹੀਂ ਹੁੰਦੇ ਸਮਝੋ ਕਿ ਗਿਣੀਆਂ ਚੁਣੀਆਂ ਵੀਡੀਓ ਯਾਦਗਾਰ ਵੀਡੀਓ ਇਹ ਸਾਹਮਣੇ ਆਉਂਦਿਆਂ ਇੱਕ ਲਾਈਕ ਲਿਖਿਆ ਇੱਕ ਕਮੈਂਟ ਲਿਖਿਆ ਇੱਕ ਸੈਂਡ ਲਿਖਿਆ ਇੱਕ ਸ਼ੇਅਰ ਲਿਖਿਆ ਇਹ ਬਸ ਭਰਾਵਾਂ ਅੱਗੇ ਰਿਕੁਐਸਟ ਹੈ ਕਿ ਇਹ ਜਿਹੜਾ ਸ਼ੇਅਰ ਲਿਖਿਆ ਨਾ ਸ਼ੇਅਰ ਨੂੰ ਦਬਾ ਕੇ ਇੱਥੋਂ ਸ਼ੇਅਰ ਲਾਜ਼ਮੀ ਕਰਨੀ ਇੱਥੋਂ ਸ਼ੇਅਰ ਹੋਈ ਜਾਣੀ ਇਹ ਵੇਖੋ ਇਹ ਸ਼ੇਅਰ ਹੋ ਗਈ ਹੈ ਜੀ ਜ਼ਿੰਦਾਬਾਦ ਤੇ ਇਹ ਭਰਾਵਾਂ ਦੱਸਿਆ ਸ਼ੇਅਰ ਲਾਜ਼ਮੀ ਕਰਨੀ ਹੈ ਜੇ ਮਾਲ ਪਸੰਦ ਆਇਆ ਤਾਂ ਫੇਰ ਤੇ ਰੇਟ ਵੀ ਹੈਰਾਨਕੁੰਨ ਹੋਣਗੇ ਰੇਟ ਵੀ ਮੁਨਾਸਬ ਹੋਣਗੇ ਤੇ ਵੇਖੋ ਮਾਸ਼ਾਅੱਲਾ ਕਿੰਜ ਕਿੰਜ ਦਿਨ ਮੋਲ ਹੀ ਰਹੇ ਨੇ ਜੀ ਬਿਹਤਰ ਹੋ ਗਿਆ ਕਰਾਈਏ ਸ਼ੌਕ ਆਓ ਜੀ ਭਾਈ ਤਸਵਰ ਜ਼ਰਾ ਤਵੱਜੋ ਅੱਗੇ ਕਰਨੀ ਹੈ ਮਾਲ ਚੰਗਿਆ ਵੀਡੀਓ ਸੋਹਣੀ ਜੀ ਬਣਵਾਉਣੀ ਹੈ ਮਾਸ਼ਾਅੱਲਾ ਜੀ ਤਹਿਸੀਲ ਡਸਕਿਆ ਜ਼ਿਲ੍ਹਾ ਸਿਆਲਕੋਟ ਪਿੰਡ ਦਾ ਨਾਮ ਹੈ ਜੀ ਪੀਰੋਚੱਕ ਮਾਸ਼ਾਅੱਲਾ ਜੀ ਵੈਰ ਨੰਬਰ 1 ਆ ਗਈ ਹੈ ਜੀ ਭਾਈ ਰਾਜ ਸਾਹਿਬ ਆਪਣੇ ਵੱਲੋਂ ਤਾਂ ਨਹੀਂ ਕਦੀ ਕੋਈ ਸ਼ੱਕ ਛੱਡਿਆ ਵੱਛੀ ਹੁਣੀ ਆਈ ਹੈ ਵੱਛੀ ਵਾਵੇ ਸਾਨ ਮਰਮਤ ਨਾ ਭਰਾ ਕੋ ਲਈ ਹੈ ਨਾ ਹੀ ਉਹਦਾ ਗੱਲਬਾਤ ਹੋਈ ਨਾ ਹੀ ਸੌਦਾ ਇਹ ਤੇ ਵੇਖੋ ਮਾਸ਼ਾਅੱਲਾ ਪਹਿਲਾਂ ਇਹ ਤੇ ਸੌ ਸੀਨ ਕਿੰਨੀ ਸਾਰੀ ਹੈ ਮਾਸ਼ਾਅੱਲਾ ਜੀ ਪਹਿਲਨ ਵੈੜ ਚੌਗ ਦਾ ਇੱਕ ਦੰਦ ਵੱਛੀ ਨੇ ਕੱਢਿਆ ਅਜੇ ਦੋਂਦੀ ਤੂੰ ਚੋਗੀ ਹੁੰਦੀ ਹੈ ਵੀ ਮਾਸ਼ਾਅੱਲਾ ਜੀ ਕੰਨ ਛੋਟੇ ਨੇ ਪੂਰੀ ਨਸਲੀ ਚੀਜ਼ ਦੀ ਨਾ ਛੱਡਣੀ ਜੇ ਕਿਤੇ ਟਾਈਮ ਨਾ ਆਈ ਹੁੰਦੀ ਤੇ ਆਈ ਲੇਟ ਹੀ ਹੋਣੀ ਗੱਡੀ ਚੋਂ ਲਾਈ ਹੈ ਨਵਾਈ ਨੂੰ ਵੀ ਨਹੀਂ ਤੇ ਬਰਹਾਲ ਵੱਛੀ 10-15 ਦਿਨ ਕੱਕੀ ਆਈਏ ਤੇ ਵੱਛੀ ਜਦੋਂ ਤਿਆਰ ਹੋਏਗੀ ਵੱਛੀ ਵੱਛੀ ਹੋਏਗੀ ਜੀ ਬਿਹਤਰ ਹੋ ਗਿਆ ਭਾਈ ਖਿਲਾੜੀ ਉੱਥੇ ਮਾਸ਼ਾਅੱਲਾ ਜੀ ਸੁਬਾਹ ਪਹਿਲਾ ਸੋਣਾ ਦੋਂਦੀ ਤੇ ਚੋਗੀ ਹੁੰਦੀ ਵੀ ਦਿਨ ਤਕਰੀਬਨ 15 ਕਿ ਲੈਂਦੀ ਭਾਈ ਇਹਨਾਂ ਜ਼ਰਾ ਲੰਮੀ ਕਰੋ ਸ਼ਰਾਫਤ ਵੀ ਦੋਸਤਾਂ ਨੂੰ ਭਾਈ ਚੈੱਕ ਕਰਾਓ ਹੁਣ ਜ਼ਰਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਇਹ ਵੀ ਸਾਊ ਹੈ ਠੀਕ ਜਿੰਦਾਬਾਦ ਇਹ ਚੈੱਕ ਕਰੋ ਮਾਸ਼ਾਅੱਲਾ ਕੋਲੀ ਕਿੱਡੀ
ਕੰਨ ਛੋਟੇ ਨੇ ਜਾਤਾਂ ਲੈਣੇ ਕੀ ਨਸਲ ਹੈ ਡੋਗਰ ਸਾਹਿਬ ਦੀ ਫਰੀਜ਼ੀਅਨ ਤੇ ਚੋਲਸਤਾਨੀ ਕਰਾ ਸੀ ਠੀਕ ਭਾਈ ਲੰਮੀ ਟੋਰ ਮਾਲ ਮੂਲ ਵਿਕਿਆ ਵੁਕਿਆ ਸੀ ਤੇ ਵਜੀ ਪਾਣੀ ਨਹੀਂ ਪਹਾੜੀ ਹੈ ਜੇ ਕੋਲ ਰਹੀ ਤੇ ਅਬਲਾ ਤੇ ਭਰਾਇਕ ਨੇ ਪਿਛਲੀ ਵਾਰੀ ਕਮੈਂਟ ਕੀਤਾ ਸੀ ਕਿ ਜਦੋਂ ਡੰਗਰ ਵੇਚੋ ਨਾਲ ਵੀਡੀਓ ਜਿਹੜੇ ਡੰਗਰ ਦੀ ਬਣੇ ਇਹ ਲਾਜ਼ਮੀ ਕਿਆ ਕਰੋਗੇ ਅੱਲਾ ਤਾਲਾ ਅਗਲੇ ਦੇ ਨਸੀਬ ਕਰੇ ਤੇ ਸੋਹਣਾ ਮਾਲਕ ਜਿਹਨੇ ਖੜਨੀ ਉਹਦੇ ਨਸੀਬ ਕਰੇ ਆਮੀਨ ਤੇ ਵੱਛੀ ਬੇਕੀਮਤੀ ਜਦੋਂ ਤਿਆਰ ਹੋਏਗੀ ਵੱਛੀ 4 ਲੱਖ ਦੀ ਸੋਹਣੇ ਮਾਲਕ ਦੇ ਹੁਕਮ ਨਾਲ ਜਾਇਜ਼ ਮੁਨਾਸਬ ਪਿਆਰ ਮੁਹੱਬਤ ਨਾਲ ਮੈਨੂੰ ਜੀ ਇੰਜ ਜਾਇਜ਼ ਲੱਭੀ ਉਂਝ ਹੀ ਦੇਣੀ ਹੈ ਕਿਸੇ ਭਰਾ ਦੋਸਤ ਨੂੰ ਪਸੰਦ ਹੋਏ ਫਾਈਨਲ ਫਾਈਨਲ ਯੈਸ ਤੇ ਨੋ ਵਾਲਾ ਰੇਟ ਹੋਣਾ 3,05,000 ਰੁਪਈਆ 3,05,000 ਅੱਗੇ ਭਾਈ ਲਿਆਓ ਜੀ ਨੰਬਰ 2 ਕਿੰਜ ਦੀ ਹੈ ਮਾਸ਼ਾਅੱਲਾ ਜੀ ਨਸਲੀ ਹੈ ਜੀ ਉਸ ਤੋਂ ਬਾਅਦ ਭਾਈ ਬਲਾਲ ਸਾਹਿਬ ਹਨ ਸਾਊਥ ਅਫਰੀਕਾ ਤੋਂ ਮੇਰੇ ਖਿਆਲ ਨਾਲ ਜੇਲਾ ਮਲਦੇ ਨੇ ਅੱਗੇ ਉਹਨਾਂ ਨਾਲ ਫੋਨ ਤੇ ਵੀ ਗੱਲ ਹੋਉਂਦੀ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਭਾਈ ਰੂਲੀ ਖੁਲੀ ਪਿਛਲੇ ਮਾਲਕਾਂ ਘਰੋਂ ਆਈ ਸੀ ਦੁੱਧ ਪਿਛਲੀ ਵਾਰੀ ਦੱਸਿਆ ਸੀ ਬਰਲ ਇਸ ਟਾਈਮ ਠੰਡਾ ਕਰਕੇ ਮੇਰੀ ਵੈੜੀ ਕੋ 16 ਕਿਲੋ 15 ਤੋਂ 16 ਲੀਟਰ ਧਾਰਾਂ ਠੰਡੀਆਂ ਕਰਕੇ ਨੇ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 15 ਤੋਂ 16 ਕਿਲੋ ਮਾਲਕ ਦੇ ਮਾਲਕ ਦੇ ਫਸਲ ਨਾਲ ਵੱਜੀ ਦੁੱਧ 18-20 ਕਿਲੋ ਹੀ ਕਰੇਗੀ ਸੋਹਣੇ ਮਾਲਕ ਦੇ ਫਸਲ ਨਾਲ ਵਾਹ ਵਾਹ ਸਾਡੀ ਚੰਗੀ ਸ਼ਾਇਦ ਚੋਣ ਬੜੀ ਹੈ ਚਵਾਪ ਸਮਾਂ ਬੜਾ ਚੰਗਾ ਕੁੱਕਾਂ ਨੂੰ ਕੱਲ੍ਹ ਮੋਟੀ ਚੋਣ ਹੈ ਮਾਸ਼ਾਅੱਲਾ ਮਾਸ਼ਾਅੱਲਾ ਜੀ ਸੁਵਾ ਦੂਸਰਾ ਵੇ ਹੈ 6 ਦੰਦ ਦੇ ਪਿਓਰ ਜਰਸੀ ਹੈ ਥੱਲੇ ਪੂਰਾ ਮੈਦਾਨ ਲਾਇਆ ਭਾਈ ਜਨ ਖਲਾਵੇ ਕਿਦਾਂ ਦੀ ਸੂਈ ਹੈ ਫਰਾ ਸਾਹਿਬ ਇਹਨੂੰ ਸੂਈ ਨੋ ਜੋ ਹੋ ਗਏ 7-8 ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਰਵੇਲ ਵੀ ਦੋਸਤਾਂ ਵੇਖ ਲੈਣੀ ਤੇ ਆ ਚੈੱਕ ਕਰੋ ਜੀ ਥਣਾ ਦੀ ਵੰਡ ਵੀ ਦੋਸਤਾਂ ਚੈੱਕ ਕਰਾਨੇ ਆ ਦੁੱਧ ਕਿੰਨਾ ਕਿ ਡੋਗਰ ਸਾਹਿਬ ਦੇ ਫਰਾ ਸਾਹਿਬ ਇਹਦੇ ਕੋ ਠੰਡਾ ਕਰਕੇ ਜਿਹੜਾ ਜਨਾ ਇਸ ਟਾਈਮ 16 ਕਿਲੋ ਦਾ ਟਾਂਟਾਂ ਸੁੱਟ ਕੇ ਸੋਨੇ ਮਾਲਕ ਦੇ ਹੁਕਮ ਨਾਲ 20-22 ਲੀਟਰ ਤੇ ਮੇਰੀ ਵੱਛੀ ਜਾਏਗੀ ਜਿਹੜੀ ਇਹਦੀ ਨਸਲ ਦਾ ਤੇ ਇਹਨਾਂ ਨੇ 20-22 ਕਿਲੋ ਕਰਨਾ ਤੇ ਫਿਰ ਕਿੰਨੇ ਕਰਨਾ ਬਿਲਕੁਲ ਜੀ ਜਰਸੀ ਨੂੰ ਸਾਰੇ ਦੋਸਤ ਵਾਕਫ ਨੇ
ਧੁੱਪੇ ਬੱਝੀ ਗਰਮੀਆਂ ਦੇ ਵਿੱਚ ਵੀ ਕਿਸੇ ਇਹ ਸਰਦੀਆਂ ਹੁੰਦੀਆਂ ਨਾ 2 ਮਹੀਨੇ ਸਰਦੀਆਂ ਲੋਕ ਵੇਂਦੇ ਨੇ ਗਰਮੀਆਂ ਦੇ ਵਿੱਚ ਧੁੱਪੇ ਬੱਝੀ ਵੀ ਕਿਸੇ ਦੇ ਘਰ ਗਰਮੀਆਂ ਜਾ ਕੇ ਵੀ ਗਰਮੀ ਕਰੇ ਵੱਛੀ ਮੇਰੀ ਹੋਏਗੀ ਜਾ ਕੀ ਪਿੱਛੇ ਦੇ ਫਰਾਸ ਵੱਛੀ ਹੈ ਪਿੱਛੇ ਵੀ ਵੱਛੀ ਮਾਸ਼ਾਅੱਲਾ ਦੀ ਨਾਲ ਵੀ ਸਾਨੂੰ ਦੋ ਨੇ ਜਿੰਦਾਬਾਦ ਭਾਈ ਖਿਲਾ ਰਹੋ ਜ਼ਰਾ ਸਾਣਾ ਜੀ ਵਨ ਫੇਰ ਚੈੱਕ ਕਰਾਂ ਦੋ ਨੰਬਰ 3 ਤੇ ਚੈੱਕ ਕਰਾਂਦੇ ਆ ਫਿਰ ਸੁਬਾ ਦੂਸਰਾ ਸੂਈ ਹੈ ਪਿੱਛੇ ਵੀ ਵੱਛੀ ਮਾਸ਼ਾਅੱਲਾ ਜੀ 7 ਕੁ ਦਿਨ ਹੋ ਗਏ ਨੇ ਥਾਣਾ ਦੀ ਵੰਡ ਵੀ ਦੋਸਤਾਂ ਵੇਖਣੀ ਤੇ ਥਣ ਵੀ ਸੋਹਣੇ ਮੁੱਠੀ ਲੱਗੇ ਨੇ ਟੋਰੋ ਭਾਈ ਜਲ ਲੰਮੀ ਟੋਰੋ ਲੈ ਚਲੋ ਜੀ ਲੋ ਜੀ ਦੋਸਤਾਂ ਚੈੱਕ ਕਰੋ ਜੀ ਜਿਸਾਮਤ ਦੇ ਹਿਸਾਬ ਨਾਲ ਥੱਲੇ ਪੂਰਾ ਮਾਸ਼ਾਅੱਲਾ ਜੀ ਮੈਦਾਨ ਲਾਇਆ ਟੋਰ ਵੀ ਦੋਸਤਾਂ ਵੇਖਣੀ ਹੈ ਵੈੜ ਨੰਬਰ 3 ਜਰਸੀ ਪਿਓਰ ਜਰਸੀ ਦੇ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ ਆਓ ਜੀ ਡੋਗਰ ਸਾਹਿਬ ਕੀ ਕੀਮਤ ਹੈ ਡੋਗਰ ਸਾਹਿਬ ਵੈੜ ਨੰਬਰ 3 ਫਾਈਨਲ ਫਾਈਨਲ ਅੱਜ ਬਾਰਗੇਨਿੰਗ ਵਾਲੇ ਰੇਟ ਨਹੀਂ ਹੈ ਬਹਿਸ ਨਹੀਂ ਹੋਣੀ ਯੈਸ ਤੇ ਨੋ ਵਾਲੀ ਗੱਲ ਟੋਕਾ ਨਹੀਂ ਬਸ ਜਿਹਨੂੰ ਪਸੰਦ ਹੋਣੀ ਹੈ ਟੋਕਣ ਹੀ ਆਉਣੇ ਨੇ ਫਾਈਨਲ ਫਾਈਨਲ ਜਿਹੜੇ ਭਰਾ ਦੋਸਤ ਜੀ ਪਸੰਦ ਹੋਈ 4,30,000 ਦੀ ਵੈੜੀ ਦੇਵਾਂਗੇ ਫਾਈਨਲ 4,30,000 ਸੇਲ ਲੁੱਟ ਸੇਲ ਆਈ ਸੇਲ ਹੀ ਅੱਜ ਮੇਲਾ ਲੁੱਟੋ ਲੁੱਟ ਸੇਲ ਆ ਵੇਖੋ ਸੈਕਸ ਸੀਮਨ ਦੀ ਵੱਛੀ ਹੈ ਇਹ ਵੈੜੀ ਕੋਲੋਂ ਪਿਛਲੇ ਸੂਏ 7 ਲੱਖ ਰੁਪਏ ਦੀ ਦਿੱਤੀ ਸੀ ਫਾਰਮ ਦੇ ਵਿੱਚ 32 ਲੀਟਰ ਹੈਗਾ ਦੁੱਧ ਕਰਦੀ ਰਹੀ ਮਾਸ਼ਾਅੱਲਾ ਜੀ ਤੇ ਅੱਜ ਮਾਸ਼ਾਅੱਲਾ ਸੋਹਣੇ ਮਾਲਕ ਦੇ ਫਜ਼ਲ ਨਾਲ 40 ਪਲੱਸ ਹੋਏਗੀ ਸੈਕਸੀਮਨ ਦੀ ਵੱਛੀ ਜਾਂ ਥੱਲੇ ਬੋਲਾ ਸਾਹਿਬ ਇਹਨਾਂ ਨੂੰ ਉੱਥੇ ਚੈੱਕ ਕਰਾਉਂਦੇ ਆ ਜੀ ਉਹ ਤਾਂ ਚੁੱਕੇ ਤਾਂ ਦੇ ਕੱਢ ਦੋਸੂ ਇੱਥੇ ਪਾ ਇੱਥੇ ਲੈ ਭਾਈ ਇੱਥੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਚੰਗੀ ਕਾਦਾਵਰ ਵੈੜ ਆ ਗਈ ਇਹ ਜਿਸਮ ਦੋਸਤਾਂ ਵੇਖਣੀ ਪੂਰੀ ਪਹਿਲਾਂ ਚੀਜ਼ ਹੈ ਮੁਕੰਮਲ ਚੁਆਈ ਨਹੀਂ ਕੀਤੀ ਜਾਂ ਨੂੰ ਪਲਾ ਕੇ ਕੋਈ 5-6 ਕਿਲੋ ਬੋਲੀ ਕੱਢੀ ਵੱਛੀ ਮਾਸ਼ਾਅੱਲਾ ਵੇਖੋ ਕਿੱਡੀ ਸਾਰੀ ਵੱਛੀ ਦਿੱਤੀ ਵੱਛੀ ਭੋਲਿਆ ਖਿਲਾੜੀ ਚੈੱਕ ਕਰੋ ਮਾਸ਼ਾਅੱਲਾ ਜੀ ਸੈਕਸੀਮਨ ਦੀ ਵੱਛੀ ਹੈ ਦੋ ਗਾਈਆਂ ਵੱਡੀਆਂ ਦੇ ਥੱਲੇ ਵੱਛੀਆਂ ਨੇ ਇਹਨਾਂ ਦਾ ਰੇਟ ਵੀ ਇਕੱਠਾ ਹੀ ਲਾਣਾ ਹੈ ਅਗਰ ਦੋਵਾਂ ਗਾਈਆਂ ਦੀਆਂ ਕੋਈ ਭਰਾ ਦੋਸਤ ਸੌਦਾ ਕਰਕੇ ਗਾਈਆਂ ਦਾ ਵੱਛੀਆਂ ਦੇਣਾ ਚਾਹੇ ਵੱਛੀਆਂ ਦੋਵੇਂ ਮੈਂ 2 ਲੱਖ ਰੁਪਏ ਦੀਆਂ ਲੈ ਲਾਂਗਾ ਇੱਕ ਇਹ ਵੱਛੀ ਤੇ ਇੱਕ ਵੱਡੀ ਗਾਂ ਦੀ ਵੱਛੀ ਸੌਦਾ ਕਰਕੇ ਜਿਹੜਾ ਦੇਣਾ ਚਾਹੇ 2 ਲੱਖ ਦੀਆਂ ਵੱਛੀਆਂ ਮੇਰੀ ਕੁਛ ਘੰਟਿਆਂ ਦੀ ਵੱਛੀ ਲੱਖ ਦੀ ਲੈ ਲਓ ਤੇ ਇੱਕ ਉਹ ਵੱਛੀ ਵੀ ਹੈ ਨਾਲ ਵੱਡੀ ਗਾਂ ਦੀ ਇੰਪੋਰਟੈਂਟ ਦੀ ਰੇਟ ਵੀ ਗਾਵਾਂ ਦੋਵਾਂ ਦੇ ਇਕੱਠੇ ਲਾਣੇ ਨੇ ਦੋਵਾਂ ਦੀਆਂ ਕੱਟੀਆਂ ਦੀਆਂ ਜੇ ਕੋਈ ਵੱਛੀਆਂ ਦੇਣਾ ਚਾਹੇ ਦੋਵੇਂ ਵੱਛੀਆਂ ਇਕੱਠੀਆਂ 2 ਲੱਖ ਦੀਆਂ ਮੇਰੀਆਂ ਹੋਈਆਂ ਸੌਦਾ ਕਰਕੇ ਜ਼ਬਰਦਸਤ ਹੋ ਗਿਆ ਡੋਗਰ ਸਾਹਿਬ ਵੈਸੇ ਦੇਣੀ ਕਿੰਨੇ ਨੇ ਬਾਅਦ ਜੋ ਨਹੀਂ ਸੌਦਾ ਪਹਿਲਾਂ ਕੋਈ ਭਰਾ ਸੌਦਾ ਕਰ ਲੈ ਸੌਦਾ ਕਰਕੇ ਫੇਰ ਕੇ ਮੈਂ ਵਛੀਆਂ ਦੇਣੀਆਂ ਨੇ ਵਛੀਆਂ 2 ਲੱਖ ਰੁਪਏ ਦੀਆਂ ਮੇਰੀਆਂ ਦੋਵੇਂ ਠੀਕ ਹੈ ਟੋਰੇ ਜੀ ਅੱਜ ਹੀ ਸੂਈ ਹੈ ਸੂਆ ਕਿੰਨਵੇਂ ਡੋਗਰ ਸਾਹਿਬ ਫਰਾ ਸਾਹਿਬ ਦੂਸਰਾ ਸੂਆ ਮਾਲਕ ਦੇ ਹੁਕਮ ਨਾਲ ਜਿੱਡੀ ਕੁ ਗਾਂ ਹੈ ਨਾ ਇਨਸ਼ਾਅੱਲਾ ਸੋਹਣਾ ਮਾਲਕ ਦੇ ਫਜ਼ਲ ਨਾਲ 40-45 ਦੀ ਦੁੱਧ ਕਰੇਗੀ ਤੁਸੀਂ ਨਜ਼ਰ ਨਹੀਂ ਹੁੰਦੇ ਬੇ ਟੋਰੇ ਭਾਈ ਜਾਨ ਸੂਆ ਦੂਸਰਾ ਸੂਈ ਹੈ ਪਹਿਲੀ ਇਹਦੀ ਜਿਹੜੀ ਚੁਆਈ ਕੀਤੀ ਹੈ ਮੁਕੰਮਲ ਨਹੀਂ ਕੀਤੀ ਕੋਈ 5-6 ਕਿਲੋ ਜਾਨ ਨੂੰ ਪਲਾ ਕੇ ਬੋਲੀ ਕੱਢੀ ਲਿਬਾਸ ਵੀ ਦੋਸਤਾਂ ਵੇਖ ਰਹੇ ਥਾਣ ਸੋਹਣੇ ਪਾਵਰਫੁਲ ਲੱਗੇ ਨੇ ਮਾਸ਼ਾਅੱਲਾ ਜੀ ਪਿੱਛੇ ਦੇ ਸੈਕਸ ਸੀਮਨ ਦੀ ਬੱਚੀ ਹੈ ਨਸਲ ਕੀ ਹੈ ਡੋਗਰ ਸਾਹਿਬ ਦੀ ਡੱਚ ਤੇ ਚੁਲਸਤਾਨੀ ਕ੍ਰਾਸ ਹੈ ਕਾਫੀ ਪਿੱਛੇ ਹੋਏ ਆ ਤਾਂ ਕਿ ਕੈਮਰੇ ਚ ਮੁਕੰਮਲ ਨਜ਼ਰ ਆਏ ਸਾਰੇ ਜਾਨਵਰਾਂ ਦੀ ਇਹੋ ਜਿਹੀ ਹਾਈਟ ਹੀ ਨਹੀਂ ਹੁੰਦੀ ਮਾਸ਼ਾਅੱਲਾ ਜੀ ਥਾਣ ਵੀ ਦੋਸਤਾਂ ਵੇਖ ਰਹੇ ਨੇ ਸੋਹਣੇ ਪਾਵਰਫੁਲ ਲੱਗੇ ਮਾਸ਼ਾਅੱਲਾ ਜੀ ਹਾਲੈਂਡ ਤੋਂ ਇੰਪੋਰਟ ਕਰਵਾਈ ਸੀ ਆ ਵੈੜੀ ਠੀਕ ਹੈ ਡਾਕਟਰ ਹਸਨ ਸਾਹਿਬ ਨੇ ਤੇ ਸੈਕਸੀਮਨ ਦੀ ਵੱਛੀ ਹੈ ਮਗਰ ਜਦੋਂ ਇਹਨਾਂ ਇੰਪੋਰਟ ਕਰਵਾਈ ਉਦੋਂ ਇਹਨਾਂ ਦੇ ਬਾਅਦ 10-12 ਲੱਖ ਦੀ ਪਈ ਸੀ ਅੱਛਾ ਮਾਸ਼ਾਅੱਲਾ ਜੀ ਆ ਚੈੱਕ ਕਰੋ ਜੀ ਅੱਜ ਪਿਓਰ ਡੱਚ ਇੰਪੋਰਟਡ ਵੈੜੀ ਹੈ ਤੇ ਪਿਓਰ ਡੱਚ
ਮਾਸ਼ਾਅੱਲਾ ਜੀ ਪਿਓਰ ਡੱਚ ਨਸਲ ਦੀ ਵੈੜ ਏ ਥੱਲੇ ਮਾਸ਼ਾਅੱਲਾ ਜੀ। ਇੱਕ ਹੋਰ ਗੱਲ ਏ, ਪਿਛਲੇ ਸੂਏ 40-45 ਲੀਟਰ ਦੁੱਧ ਠੰਡਾ ਕਰਕੇ ਚੋਇਆ ਹੈ ਕਿ 50 ਪਲੱਸ ਦੀ ਵੀ ਗਾਰੰਟੀ ਇਸ ਵੈੜੀ ਦੀ ਹੋਏਗੀ ਜੀ। ਬਿਹਤਰ ਹੋ ਗਿਆ ਮਾਸ਼ਾਅੱਲਾ, 50 ਲੀਟਰ ਪਲੱਸ ਦੀ ਗਾਰੰਟੀ ਹੋਏਗੀ। ਪਰਸੋਂ ਦੀ ਸੂਈ ਏ ਤੇ ਬੋਲਾ ਮੇਰੀ ਵੈੜੀ ਕੋ 30-32 ਲੀਟਰ ਹੈ ਇਸ ਟਾਈਮ ਠੰਡਾ ਕਰਕੇ ਤਸੱਲਾ ਦੇ ਨਾਲ। ਪਿਛਲੇ ਸੂਏ ਦਾ 40-45 ਲੀਟਰ ਦਾ ਰਿਕਾਰਡ ਹੈ, ਹੁਣ ਸੂਆ ਦੂਸਰਾ ਸੂਈ ਏ ਬੋਲੇ ਤੇ 98 ਮਾਸ਼ਾਅੱਲਾ ਪੂਰਾ ਮੁੱਠੀ ਹੋਏਗਾ ਭਈਏ, ਭੱਲ ਪੁੱਲ ਦੀ ਵਜ੍ਹਾ ਤੋਂ ਤੁਹਾਨੂੰ ਕਹਿੰਦਾ ਪੂਰਾ ਇੱਕ ਮੁੱਠੀ ਥਾਨ ਹੋਏਗਾ। ਹੁਣ ਜਿਹੜਾ ਮੌਜੂਦਾ ਬੋਲਾ ਵੇ 30-32 ਕਿਲੋ ਮਾਸ਼ਾਅੱਲਾ ਜੀ ਡੱਚ ਨਸਲ ਦੀ ਨਾਮੀ ਗ੍ਰਾਮੀ ਵੈੜ ਹੈ, ਪੂਰੀ ਨਵਾਬ ਚੀਜ਼ ਮਾਸ਼ਾਅੱਲਾ ਜੀ ਇੰਪੋਰਟ ਹੋਈ ਹੈ। ਇਹ ਪਿੱਛੇ ਦੇ ਸੈਕਸ ਸਿਮਨ ਦੀ ਵੱਛੀ ਹੈ, ਇਹ ਵੱਛੀ ਵੀ ਅਗਰ ਕਿਸੇ ਦੋਸਤ ਨਾਲ ਸੌਦਾ ਹੋਈਏ ਤੇ ਡੋਗਰ ਸਾਹਿਬ ਲੱਖ ਦੀ ਵੱਛੀ ਰਕਮ ਇਹ ਵੀ ਤਿਆਰ ਨੇ। ਮਾਸ਼ਾਅੱਲਾ ਅੱਲਾ ਦੇ ਫਜ਼ਲ ਨਾਲ 12-12 ਲੱਖ ਦੀਆਂ ਬੰਨੀਆਂ ਨੇ, ਇਸ ਤੋਂ ਕਿ ਇੱਕ ਇੰਜ ਦੀ ਮੈਂ ਕਿਹਾ ਪਾਲਣ ਦਿਆ ਵਾਂ। ਮਾਸ਼ਾਅੱਲਾ ਜੀ ਭਾਈ ਤਸਵਰ ਜ਼ਰਾ ਟੋਰੋ ਹਾਂ, ਪੂਰੀ ਤਸੱਲੀ ਕਰਾਓ ਦੋਸਤਾਂ ਨੂੰ। ਇਹ ਦੋਵੇਂ ਗਾਈਆਂ ਜਿਹੜੀਆਂ ਨੇ ਇਹਨਾਂ ਦੀ ਕੋਈ ਕੀਮਤ ਨਹੀਂ, ਜੇ ਕੋਈ ਭਰਾ ਲੈ ਕੇ ਜੋੜਾ ਵੱਛੀਆਂ ਪਾਲ ਲੈ ਇਹਨਾਂ ਤੋਂ ਕੋਈ ਜੋੜੇ ਦੀ ਕੋਈ ਕੀਮਤ ਨਹੀਂ ਜੀ। ਬਿਹਤਰ ਹੋ ਗਿਆ, ਚੈੱਕ ਕਰੋ ਮਾਸ਼ਾਅੱਲਾ ਵੈੜੀਆਂ ਲੈਣੀਆਂ ਨੇ ਉਹਨੇ ਉਹਨਾਂ ਦੀਆਂ, ਮਗਰ ਫਿਰ ਡੋਗਰ ਸਾਹਿਬ ਇਹ 1.5 ਮਨ ਦਾ ਕਿ 2 ਮਨ ਦਾ ਜੀ ਜਿਹੜਾ ਸਾਹਿਬ ਇਹਨੂੰ ਕੀ ਮਾਨ ਕਹਿਣਾ ਤੇ ਇੱਕ ਹੋਰ ਗੱਲ ਹੈ ਤੇ ਮੇਰੇ ਤੇ ਕੈਮਰਾ ਕਰਿਓ ਜੀ ਜੀ ਇਹ ਸਾਹਮਣੇ ਆਓ ਜ਼ਰਾ ਇੱਧਰ ਕਰੋ। ਮੇਰੀ ਗਾਂ ਨੂੰ 1 ਮਿੰਟ ਦਾ ਟਾਈਮ ਨਹੀਂ ਲੱਗਾ ਕਿਸੇ ਮੰਨਣਾ ਨਹੀਂ, 1 ਮਿੰਟ ਦਾ ਟਾਈਮ ਨਹੀਂ ਲੱਗਾ ਜੀ। ਸਵੇਰੇ ਦਿਨ ਚੜ੍ਹੇ ਚੋਈਏ ਟਾਈਮ ਦੇ ਟਾਈਮ ਇੰਜ ਹੁੰਦੀ ਹੈ, ਵੱਡੀ ਗਾਂ ਨੂੰ ਟਾਈਮ ਕਦੀ ਵੀ ਨਹੀਂ ਲਵਾਇਆ ਪੂਰੀ ਨਵਾਬ ਮਾਸ਼ਾਅੱਲਾ ਜੀ ਅਸਲੀ ਤੇ ਨਸਲੀ ਚੀਜ਼ ਹੈ ਤੇ ਕਰਮਾਂ ਵਾਲੀਆਂ ਵੀ ਦੋ ਨੇ ਪਿੱਛੇ ਤੇ ਵੱਛੀ ਹੈ। ਥਾਣੀ ਦੋਸਤਾਂ ਵੇਖ ਲੈਣੇ ਨੇ ਜੀ। ਡੋਗਰ ਸਾਹਿਬ ਕੀ ਰੇਟ ਹੈ ਜੀ ਜੋੜੇ ਦਾ? ਡਿਮਾਂਡ ਜੋੜੇ ਦਾ ਰੇਟ ਭਾਵੇਂ ਕਰਨ ਨੂੰ 20 ਲੱਖ ਕਰਦੇ ਰਹੋ, 25 ਕਰਦੇ ਰਹੋ, ਵੱਡੀ ਗਾਂ ਉਹਨਾਂ ਦੀ ਇਕੱਲੀ ਦਾ ਡਾਕਟਰ ਸਾਹਿਬ ਨੇ ਜਦੋਂ ਇੰਪੋਰਟ ਕਰਵਾਈ ਸੀ ਇਹਨਾਂ ਨੂੰ ਵੀ 10 ਤੋਂ ਉੱਪਰ ਪਈ ਸੀ। ਦੋਵਾਂ ਦਾ ਫਾਈਨਲ ਰੇਟ ਯੈਸ ਨੋ ਕਿਸੇ ਭਰਾ ਦੋਸਤ ਨੂੰ ਪਸੰਦ ਹੋਏ, ਇੱਕ ਗਾਂ ਦੇ ਮੁੱਲ ਦੀਆਂ ਦੋਵੇਂ ਦਿਆਂਗਾ 14 ਲੱਖ ਰੁਪਏ ਨੇ, ਜਿਹੜੇ ਭਰਾ ਨੂੰ ਪਸੰਦ ਹੋਣ ਜੋੜਾ ਗਾਵਾਂ ਦਾ ਦਿਆਂਗਾ। ਨੰਬਰ 4 ਤੇ 5 ਵਾਲੀ ਦੋਵਾਂ ਦਾ ਰੇਟ ਹੈ 14 ਲੱਖ ਰੁਪਏ। ਜ਼ਿੰਦਾਬਾਦ ਮਾਸ਼ਾਅੱਲਾ ਜੀ, ਇਹ 4 ਨੇ ਪਿੱਛੇ ਵੀ ਬੱਚੀਆਂ ਜਿਹੜੀਆਂ ਛਾਵਾਂ ਨੇ ਪਿੱਛੇ ਬੱਚੀਆਂ ਤੇ ਉਹਦੇ ਵਿੱਚ ਕਿੱਡੀ ਕੁ ਤੂੰ ਲਾ ਉੱਥੇ ਭਾਈ ਲਿਆਓ ਜੀ। ਦੋਵਾਂ ਦੇ ਪਿੱਛੇ ਸੈਕਸ ਸਿਮਨ ਦੀਆਂ ਬੱਚੀਆਂ ਨੇ ਮਾਸ਼ਾਅੱਲਾ ਜੀ। ਗਾਂ ਨੰਬਰ 4 ਤੇ 5 ਚੈੱਕ ਕਰਾਈਏ ਤੇ ਦੋਵਾਂ ਦੀ ਕੀਮਤ ਹੈ ਜੀ 14 ਲੱਖ ਮਾਸ਼ਾਅੱਲਾ ਜੀ। ਲਿਆਓ ਭਾਈ ਜਰਾ ਲੰਮੀ ਬੈੜੀਆਂ ਨੇ ਅੱਲਾ ਦੇ ਫਜ਼ਲ ਨਾਲ 80-85 ਕਿਲੋ ਦੁੱਧ ਦਿਹਾੜੀ ਦਾ ਜੋੜਾ ਵੈੜੀਆਂ ਦਾ ਕਰੇਗਾ ਮਾਸ਼ਾਅੱਲਾ ਜੀ। ਇਹ ਚੈੱਕ ਕਰੋ ਜੀ, ਪੂਰੀਆਂ ਨਵਾਬ ਅਸਲੀ ਤੇ ਨਸਲੀ ਚੀਜ਼ਾਂ ਨੇ ਯਾਰ। ਰੱਖਣ ਨਾਲ ਇੰਜ ਤੇ ਕੋਈ 10 ਕਿਲੋ ਆ ਕੇ ਬੰਦਾ ਰੱਖ ਛੇੜੇ ਤੇ ਮਿਹਨੇ ਧੁੱਪ ਜਾਂਦੇ ਨੇ। ਉਹ ਬਿਲਕੁਲ ਜੀ, ਹਰ ਵੀਡੀਓ 'ਚ ਇਹੋ ਜਿਹੇ ਜਾਨਵਰ ਹੀ ਸ਼ਾਮਿਲ ਨਹੀਂ ਹੁੰਦੇ। ਫੜੀ ਬੜੀ ਤਰ੍ਹਾਂ ਲਿਆਓ ਭਾਈ ਸਭ, ਇੱਕ ਤੁਸੀਂ ਫੜ ਲਓ ਭਾਈ ਸਭ ਸਰ ਫੜ ਲੈ ਗਿਆ ਬੱਚੀ ਦੇ ਉੱਤੇ ਜਾ ਕੇ ਨਾਉਣਾ ਤੂੰ ਜਾ ਤੇ ਲੱਚ ਲਓ ਭਾਈ ਜਾ ਤੇ ਮਾਸ਼ਾਅੱਲਾ ਜੀ। ਅੱਗੇ ਲਿਆਓ ਜੀ ਨੰਬਰ 6 ਵਾਲੀ ਲਿਆਓ ਜੀ ਤੇ ਜੋਰ ਆ ਚੱਲੀ ਜੇ ਬਸ ਟੋਰੋ ਭਾਈ ਲੈ ਚਲੋ ਜੀ ਲੰਮੀ ਟੋਰ ਕੇ ਲੈ ਚਲੋ ਮਾਸ਼ਾਅੱਲਾ ਜੀ। ਨੰਬਰ 4 ਤੇ ਨੰਬਰ 5 ਤੇ ਚੈੱਕ ਕਰਾਈਏ, ਇਹ ਪਿੱਛੇ ਤੇ ਸੈਕਸ ਸਿਮਨ ਦੀ ਵੱਛੀ ਹੈ ਮਾਸ਼ਾਅੱਲਾ ਜੀ। ਦੋਵਾਂ ਦੇ ਮਗਰ ਵੱਛੀਆਂ ਨੇ ਤੇ ਕੀਮਤ ਹੈ ਜੀ ਜੋੜੇ ਦੀ 14 ਲੱਖ। ਅੱਗੇ ਭਾਈ ਲਿਆਓ ਜੀ ਕਾਲਾ ਬ੍ਰਾਂਡ ਲੈ ਆਓ। ਅੱਗੇ ਮਾਸ਼ਾਅੱਲਾ ਜੀ ਨੰਬਰ 6 ਤੇ ਆ ਗਈ ਜੀ। ਸਾਨੂੰ ਰਾਜ਼ੀ ਹੋਇਆ ਇਹ ਵੀਡੀਓ ਬਣਾ ਕੇ। ਜ਼ਿੰਦਾਬਾਦ ਜ਼ਿੰਦਾਬਾਦ ਡੋਗਰ ਸਾਹਿਬ, ਇਹ ਵੀਡੀਓ ਸਮਝੋ ਕਿ ਕੋਈ ਗਿਣੀਆਂ ਚੁਣੀਆਂ ਯਾਦਗਾਰ ਵੀਡੀਓ ਜੇ ਦਾ ਸ਼ੁਮਾਰ ਹੋਣਾ ਵੇ। ਹਰ ਵੀਡੀਓ ਇਹੋ ਜੀ ਨਹੀਂ ਬਣਦੀ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ ਆ ਗਈ ਹੈ ਤੇ ਆ ਚੈੱਕ ਕਰੋ ਜੀ, ਇਹ ਬੜੇ ਦਿਨਾਂ ਦਾ ਸ਼ੌਕ ਅਸੀਂ ਕਰਨੇ ਆ। ਇੱਕ ਹੋਰ ਗੱਲ ਦੱਸਣ ਲੱਗਾ ਜੀ ਜੀ, ਜੇ ਗਾਂ ਮੈਂ ਵੀ ਦਿਲ ਨਾਲ ਲਾ ਕੇ ਸਾਂਭਦਿਆ ਹਾਂ ਨਾ ਜੀ ਜੀ, ਤੇ ਐਲਾਨ ਚੈਲੰਜ ਕਰਕੇ ਕਈ ਨਾਮਾਂ ਇਸ ਨਸਲ ਦੀ ਗਾਂ ਕਿਸੇ ਵਪਾਰੀ ਨੇ ਅੱਜ ਤੱਕ ਵੀਡੀਓ 'ਚ ਨਹੀਂ ਪਾਈ ਹੋਏਗੀ। ਚੈਲੰਜ ਹੈ ਮੇਰਾ, ਜ਼ਿਲ੍ਹੇ 'ਚ ਨਹੀਂ ਇਹ ਨਸਲ ਵੀ ਕਿਸੇ ਨੇ ਨਹੀਂ ਦੱਸੀ ਹੋਏਗੀ, ਚੈਲੰਜ ਹੈ। ਪ੍ਰਿੰਟ ਦੀ ਸ਼ਾਈਨਿੰਗ ਚਮਕ ਵੇਖਣੀ ਹੈ, ਸੇਮ ਪ੍ਰਿੰਟ ਵਿੱਚ
ਬਲੈਕ ਬਿਊਟੀ ਇਹ ਕਾਲੇ ਥਲ ਲੱਗੇ ਨੇ ਮਾਸ਼ਾਅੱਲਾ ਜੀ ਥਣਾ ਦੀ ਵੰਡ ਵੀ ਦੋਸਤਾਂ ਵੇਖਣੀ ਹੈ ਡੋਗਰ ਸਾਹਿਬ ਸੂਈ ਹੈ ਕਿ ਗੱਬਣ ਵਾਲੇ ਵੀ ਦਾਸਾ ਭਾਈ ਇਹ ਵੀ ਵੈੜੀ ਗੱਬਣ ਵਾਲੇ ਮਾਸ਼ਾਅੱਲਾ ਤੇ ਫਿਰ ਇੱਕ ਹੋਰ ਦਾ ਇਸਤੇਮਾਲ ਕੀਤਾ ਕਰਮਾਲੀ ਦਾ ਥੱਲੇ ਪੂਰਾ ਮੈਦਾਨ ਲਾ ਗਈ ਏ ਧੇਲੇ ਵੀ ਗੱਬਣ ਏ ਕਾਲੇ ਥਣ ਲੱਗੇ ਨੇ ਤੇ ਇਹ ਹੁੰਦੇ ਨੇ ਜੀ ਫੋਟੋ ਫੋਟੋ ਦੇ ਨਾਲ 50 ਪਲੱਸ ਹੋਏਗੀ ਵਛੀ ਮੇਰੀ ਜ਼ਿੰਦਾਬਾਦ ਪਿਛਲੇ ਸੂਏ ਦਾ ਰਿਕਾਰਡ ਕਿੰਨਵਾ ਸੂਆ ਹੋਣਾ ਇੱਕ ਹੋਰ ਗੱਲ ਕਹਾਂ ਜੀ ਦੂਸਰਾ ਸੂਆ ਸੁਣਾ ਦੇ ਇੱਕ ਹੋਰ ਗੱਲ ਦੱਸਾਂਗਾ ਮੂੰਹ ਮਜ਼ੇਦਾਰੀ ਤਸਵਰ ਮੂੰਹ ਵਹਾਈ ਯਾਰ ਵਛੀ ਦਾ ਮਾਸ਼ਾਅੱਲਾ ਜੀ ਲਬਾਸ ਦੋਸਤਾਂ ਵੇਖ ਲੈਣਾ ਵਛੀ ਮੂੰਹਾਂ ਵੀ ਚੌਗੀ ਜੇ ਛਿੱਗੀ ਜੇ ਛੇ ਦੰਦੇ ਮਾਸ਼ਾਅੱਲਾ ਜੀ ਵੇਖੋ ਕੰਨੀਆਂ ਦੀਆਂ ਬੱਚੀਆਂ ਸਾਡੇ ਤੋਂ ਗਲੋਤੀਆਂ ਨੇ ਉਧਰ ਵੀ ਵੇਖੋ ਤੇ ਉਧਰ ਵੀ ਵੇਖੋ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਠੀਕ ਹੈ ਜੀ ਇਹ ਵੀ ਮੋਨੀ ਹੈ ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇਖਣੀ ਹੈ ਬੋਧੀ ਚੈੱਕ ਕਰਨੀ ਹੈ ਹੁਸਨ ਬੜਾ ਮਾਸ਼ਾਅੱਲਾ ਜੀ ਥਣਾ ਦੀ ਵੰਡ ਪਿਆਰੀ ਹੈ ਕਿਸੇ ਨਾ ਇਹ ਜਿਹੜੀਆਂ ਘਰ ਘਰ ਜੰਮਦੀਆਂ ਨੇ ਨਾ ਹੀ ਰੋਜ਼ ਚਾਹੀਦੇ ਮਾਸ਼ਾਅੱਲਾ ਜੀ ਰੋਜ਼ ਵੀਡੀਓ 'ਚ ਪੈਂਦੀਆਂ ਡੋਗਰ ਸਾਹਿਬ ਭਾਈ ਇੱਥੇ ਜ਼ਰਾ ਲੰਮੀ ਟੋਲੇ ਤੋਂ ਸਵਰ ਸਾਹਿਬ ਡੋਗਰ ਸਾਹਿਬ ਦੇਣ ਕਿੰਨੇ ਕਿਲੈ ਰਹੀ ਹੈ ਫਰਾਜ਼ ਸਾਹਿਬ ਵੈੜੀ ਤਿਆਰ ਹੀ ਹੁਣ ਪੰਜਾਂ ਚੌਂ ਦੀ ਨਾਲ ਹੀ ਗਏ ਮੇਰੇ ਹੁਣ ਵੀ ਸੂਪੇ ਤੇ ਅਰਜ ਕੋਈ ਨਹੀਂ ਮੇਰਾ ਕੋਈ ਨਹੀਂ ਜਿੰਦਾ ਕੰਮ ਥੱਲੇ ਕੀਤਾ ਮਾਸ਼ਾਅੱਲਾ ਜੀ ਦਿਨ ਤਕਰੀਬਨ 4 ਤੋਂ 5 ਲੈਂਦੀ ਹੈ ਭਾਈ ਫਿਰ ਲੈ ਜ਼ਰਾ ਟੋਰ ਕੇ ਲਬਾਸ ਦੋਸਤਾਂ ਫਿਰ ਵੇਖਣਾ ਚੌਰਸ ਲਬਾਸ ਹੈ ਕਾਲੇ ਥਣ ਲੱਗੇ ਨੇ ਪੁੱਠਾ ਵੀ ਦੋਸਤਾਂ ਵੇਖ ਲੈਣਾ ਕੋਈ ਛੋਟੀ ਜਿਹੀ ਸਮਤ ਨਹੀਂ ਮਾਸ਼ਾਅੱਲਾ ਜੀ ਇਹ ਵੀ ਪੂਰੀ ਪਹਿਲਵਾਨ ਨਾਮੀ ਗ੍ਰਾਮੀ ਚੀਜ਼ ਹੈ ਕੀ ਨਸਲ ਹੈ ਡੋਗਰ ਸਾਹਿਬ ਜੀ ਰਾਜ ਸਾਹਿਬ ਹੇਅਰਫੋਰਡ ਹੇਅਰਫੋਰਡ ਹਾਂਜੀ ਹੇਅਰਫੋਰਡ ਇਹ ਉੱਤੇ ਲਿਖਣਾ ਵੀ ਪੈਣਾ ਵੇ ਲਿਖ ਦਿਓ ਜੀ ਇਹਦੀ ਨਸਲ ਇੱਕ ਕਿਹੜੇ ਮੁਲਕ ਦੀ ਨਸਲ ਜੀ ਡਾਕਟਰ ਸਾਹਿਬ ਇਹ ਕਿਹੜੇ ਮੁਲਕ ਦੀ ਨਸਲ ਹੈ ਜੀ ਹੇਅਰਫੋਰਡ ਡਾਕਟਰ ਸਾਹਿਬ ਨੂੰ ਲਿਆ ਹਜ਼ਰ ਮੈਦਾਨ ਚ ਕੋਈ ਦੱਸੋ ਵਜ਼ਾਹਤ ਕਰਨ ਇੰਗਲੈਂਡ ਦੀ ਨਸਲ ਹੈ ਨੈਟ ਦੇ ਉੱਤੇ ਹੇਅਰਫੋਰਡ ਸਰਚ ਮਾਰਿਓ ਜਾਂ ਆਉਣਗੀਆਂ ਇਸ ਨਸਲ ਦੇ ਇੱਕ ਤੇ ਨਸਲ ਗਰਮੀ ਨਹੀਂ ਕਰੇਗੀ ਗਰਮੀ ਨਹੀਂ ਕਰੇਗੀ ਦੂਜੀ ਆ ਵੇਖੋ ਇੰਜ ਤਸਵਰ ਦੇ ਝੀਰ ਬੰਦਾ ਜਿੰਜ ਇਹਨਾਂ ਦੇ ਪਫ ਹੁੰਦੇ ਨੇ ਇਹਦੇ ਪਫ ਟੰਗੀ ਵਾਲਾ ਆ ਚੈੱਕ ਕਰੋ ਵੇਖੋ ਪੌਦੀ ਠੀਕ ਹੈ ਜਿੰਦਾ ਨਸਲ ਦੀ ਪੌਦੀ ਹੋਏਗੀ ਜੀ ਬਿਹਤਰ ਹੋ ਗਿਆ ਗਾਈਆਂ ਸਾਰੇ ਵੇਚ ਲੈਂਦੇ ਨੇ ਗਾਈਆਂ ਤੇ ਸਰਚ ਮਾਰਨੀ ਔਖੀ ਹੁੰਦੀ ਇੰਗਲੈਂਡ ਦੀ ਨਸਲ ਦਾ ਸੀ ਜੇ ਹਾਂਜੀ ਡਾਕਟਰ ਸਾਹਿਬ ਇੰਗਲੈਂਡ ਦੀ ਹੈ ਇੰਗਲੈਂਡ ਸਾਹਮਣੇ ਆ ਕੇ ਦੱਸੋ ਦੋਸਤਾਂ ਨੂੰ ਆ ਚੈੱਕ ਕਰੋ ਮਾਸ਼ਾਅੱਲਾ ਜੀ ਅੱਜ ਤੱਕ ਕਿਸੇ ਦੱਸੀ ਜੇ ਹੇਅਰਫੋਰਡ ਪਹਿਲੀ ਵਾਰੀ ਸੁਣੀ ਡਾਕਟਰ ਸਾਹਿਬ ਸਰਚ ਮਾਰਿਓ ਜੇ ਗਾਂ ਫਿਰ ਇਸ ਨਸਲ ਦੀ ਆਏ ਚਲੋ ਚੈੱਕ ਕਰ ਲੈਨੇ ਆ ਜੀ ਡਾਕਟਰ ਸਾਹਿਬ ਕੀ ਕੀਮਤ ਹੈ ਜੀ ਵੈੜ ਨੰਬਰ 6 ਰਾਜ ਸਾਹਿਬ ਵੈੜੀ ਅੱਗੇ ਵੀ ਮੈਂ ਦਿਨਾਂ ਦੀ ਦਿਲ ਨਾਲ ਲਾਈ ਏ ਅੱਗੇ ਅਗਰ ਕੋਈ ਲੈ ਗਿਆ ਸੋਨਾ ਮਾਲਕ ਉਹਦੇ ਨਸੀਬ ਕਰੇ ਜੇ ਕੋਰ ਰਹੀ ਤੇ ਫਿਰ ਅਗਲੀ ਵੀਡੀਓ ਦੇ ਵਿੱਚ ਇਹਦਾ ਪੂਰਾ ਠਰਾ ਕਰਵਾਵਾਂਗਾ ਮਜ਼ੀਦ ਕੋਈ ਦੋਸਤਾਂ ਵਾਸਤੇ ਪੇਗਾ ਕੋਈ ਗਲਤੀ ਕੀਤੀ ਹੋਈ ਉਹਦੀ ਮਾਜ਼ਰਤ ਚਾਹੁੰਦੇ ਇੰਨੇ ਜੀ ਦੋਸਤਾਂ ਕੋ ਇਜਾਜ਼ਤ ਲੈਨੇ ਆ ਓਕੇ ਅੱਲਾ ਹਾਫਿਜ਼ ਪਾਕਿਸਤਾਨ